get it back hola 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 how about you hate to begin hello friends welcome to your youtube channel english family 87 so please subscribe this channel for more videos so اگے دیکھو اس ویڈیو دے وچ گل کردے ਆਪਾਂ اپنا جڑا ਆਪਾਂ نے دکابلی والا سٹوری ہے جڑی فرسٹ سٹوری پڑھی سی ਉਸਦੇ ਦੋ ਕੈਰੈਕਟਰ ਸਕੈਚ ਜਿਹੜੇ ਅਪਰ ਰਹਿਮਾਨ ਤੇ ਮਿਨੀ ਦਾ ਕਰ ਲਿਆ ਸੀ ਤੇ ਇੱਕ ਹੋਰ ਉਸ ਦਾ ਜਿਹੜਾ ਲੌਂਗ ਕੁਐਸਚਨ ਹੈ ਲੌਂਗ ਦੇ ਵਿੱਚ ਵੀ ਆ ਸਕਦਾ ਹੈ ਤੇ ਸ਼ਾਰਟ ਦੇ ਵਿੱਚ ਵੀ ਬਹੁਤ ਇੰਪੋਰਟੈਂਟ ਹੈ ਹਾਊ ਡਿਡ ਰਹਿਮਾਨ ਬੀ ਫਰੈਂਡ ਵਿਦ ਮਿਨੀ ਜਾਂ ਫਿਰ ਰਾਈਟ ਅ ਬਰੀਫ ਨੋਟ ਔਨ ਦਾ ਫਰੈਂਡਸ਼ਿਪ ਆਫ ਮਿਨੀ ਐਂਡ ਕਾਬਲੀ ਵਾਲਾ ਮਤਲਬ ਕਿ ਕਾਬਲੀ ਵਾਲਾ ਤੇ ਮਿਨੀ ਨੇ ਜਿਹੜੇ ਆਪਸ ਦੇ ਵਿੱਚ ਦੋਸਤ ਕਿਸ ਤਰ੍ਹਾਂ ਬਣੇ ਸੋ ਦੇਖੋ ਸਟਾਰਟ ਕਰਦੇ ਹਾਂ ਮਿਨੀ ਵਾਸ ਅ 5 ਇਅਰ 올ਡ ਗਰਲ 5 ਸਾਲ ਦੀ ਲੜਕੀ ਸੀ ਮਿਨੀ she was very talkative talkative ਹੁੰਦੀ ਜਿਹੜੀ ਜ਼ਿਆਦਾ ਮਤਲਬ ਗੱਲਾਂ ਬਾਤਾਂ ਕਰਦਾ ਹੋਵੇ ਉਹ ਬਹੁਤ ਜ਼ਿਆਦਾ ਗੱਲਾਂ ਬਾਤਾਂ ਕਰਦੀ ਸੀ ਇਟ ਵਾਸ ਇੰਪੋਸੀਬਲ ਟੂ ਸੀ ਹਰ ਇਨ ਸਾਇਲੈਂਸ ਕਹਿਣ ਦਾ ਮਤਲਬ ਕਿ ਉਸ ਨੂੰ ਚੁੱਪ ਵੇਖਣਾ ਲਗਭਗ ਇੰਪੋਸੀਬਲ ਸੀ ਹਰ ਵਕਤ ਉਹ ਗੱਲਾਂ ਕਰਦੀ ਹੀ ਰਹਿੰਦੀ ਸੀ ਵਨ ਡੇ ਇੱਕ ਦਿਨ ਕੀ ਹੋਇਆ ਸ਼ੀ ਸੋ ਅ ਕਾਬਲੀ ਵਾਲਾ ਥਰੂ ਦਾ ਵਿੰਡੋ ਮਤਲਬ ਖਿੜਕੀ ਵਿੱਚ ਦੀ ਉਸ ਨੇ ਇੱਕ ਜਿਹੜਾ ਕਾਬਲੀ ਵਾਲਾ ਉਹ ਦੇਖਿਆ ਸ਼ੀ ਸਟਾਰਟਡ ਸ਼ਾਟਿੰਗ ਉਸਨੇ ਚਿਲਾਉਣਾ ਸ਼ੁਰੂ ਕਰਤਾ ਸ਼ਾਟਿੰਗ ਹੁੰਦਾ ਚਿਲਾਉਣਾ ਉਸਨੇ ਕੀ ਚਿਲਾਉਣਾ ਸ਼ੁਰੂ ਕਰ ਦਿੱਤਾ ਕਾਬਲੀ ਵਾਲਾ ਕਾਬਲੀ ਵਾਲਾ ਮਤਲਬ ਇਸ ਤਰ੍ਹਾਂ ਬੋਲਣ ਲੱਗੀ ਦ ਕਾਬਲੀ ਵਾਲਾ ਹੂਜ ਨੇਮ ਵਾਸ ਰਹਿਮਾਨ ਕਾਬਲੀ ਵਾਲਾ ਜਿਸ ਦਾ ਨਾਮ ਕੀ ਅਸਲੀ ਨਾਮ ਜਿਸ ਦਾ ਰਹਿਮਾਨ ਸੀਗਾ ਹੀ ਕੇਮ ਫਰੋਮ ਕਾਬੁਲ ਅਫਗਾਨਿਸਤਾਨ ਦੇ ਵਿੱਚ ਹੈ ਕਾਬੁਲ ਨਾਂ ਦੀ ਇੱਕ ਜਗ੍ਹਾ ਸੋ ਹੀ ਵਾਸ ਕਾਲਡ ਕਾਬਲੀ ਵਾਲਾ ਇਸ ਲਈ ਉਸ ਨੂੰ ਕਾਬਲੀ ਵਾਲਾ ਕਿਹਾ ਜਾਂਦਾ ਕਿਉਂਕਿ ਉਹ ਕਾਬਲ ਤੋਂ ਆਇਆ ਹੈ ਅਫਗਾਨਿਸਤਾਨ ਦੇ ਵਿੱਚੋਂ ਵੈਸੇ ਉਸ ਦਾ ਨਾਮ ਕੀ ਹੈ ਰਹਿਮਾਨ ਰਹਿਮਾਨ ਹਿਅਰਡ ਮੀਨੀਜ਼ ਵੌਇਸ ਜਿਹੜਾ ਰਹਿਮਾਨ ਹੈ ਉਹ ਮਤਲਬ ਮੀਨੀ ਦੀ ਇਹ ਆਵਾਜ਼ ਹੈ ਜਿਹੜੀ ਉਹ ਸੁਣ ਲੈਂਦਾ ਜਦੋਂ ਮੀਨੀ ਕਹਿੰਦੀ ਹੈ ਕਾਬਲੀ ਵਾਲਾ ਕਾਬਲੀ ਵਾਲਾ ਐਂਡ ਕੇਮ ਇਨ ਅਤੇ ਉਹਨਾਂ ਦੇ ਘਰ ਦੇ ਵਿੱਚ ਆ ਜਾਂਦਾ ਦਰਵਾਜ਼ੇ ਦੇ ਵਿੱਚ ਆ ਜਾਂਦਾ ਗੇਟ ਅੱਗੇ ਬਟ ਵੈਨ ਹੀ ਕੇਮ ਸੌਰੀ ਇੱਥੇ ਈ ਮਿਸ ਕੇਮ ਹੈ but when he came in ਜਦੋਂ ਉਹ ਅੰਦਰ ਆਉਂਦਾ ਮਿਨੀ ਵਾਸ ਸਕੈਰਡ ਜਿਹੜੀ ਮਿਨੀ ਹੈ ਉਹ ਡਰ ਜਾਂਦੀ ਹੈ ਐਂਡ ਵੈਂਟ ਟੂ ਹਰ ਮਦਰ ਅਤੇ ਆਪਣੀ ਮਾਂ ਦੇ ਕੋਲ ਚਲੀ ਜਾਂਦੀ ਹੈ ਡਰ ਕੇ ਇਟ ਵਾਸ ਬਲੀਵਡ ਥੈਟ ਕਾਬਲੀ ਵਾਲਾਸ ਯੂਜ਼ਡ ਟੂ ਕਿਡਨੈਪ ਚਿਲड्रन ਕਿਉਂਕਿ ਉਸ ਵਕਤ ਜਿਹੜੀਆਂ ਇਹ ਜਿਹੜੀ ਗੱਲ ਹੈ ਮਤਲਬ ਫੈਲੀ ਹੋਈ ਸੀ ਲੋਕਾਂ ਦੇ ਵਿੱਚ ਕਿ ਜਿਹੜੇ ਕਾਬਲੀ ਵਾਲਾਸ ਹੁੰਦੇ ਨੇ ਹੈਨਾ ਜਿਹੜੇ ਉਹ ਕੀ ਨੇ ਉਹ ਬੱਚਿਆਂ ਨੂੰ ਕਿਡਨਾਪ ਕਰਕੇ ਲੈ ਜਾਂਦੇ ਨੇ ਬੱਚਿਆਂ ਨੂੰ ਚੱਕ ਕੇ ਲੈ ਜਾਂਦੇ ਨੇ ਲੋਕਾਂ ਦੇ ਵਿੱਚ ਅਫਵਾਹ ਜਿਹੜੀ ਇਹ ਉੜੀ ਹੋਈ ਸੀ ਇਸ ਲਈ ਮਿਨੀ ਵੀ ਡਰ ਕੇ ਆਪਣੀ ਮਾਂ ਦੇ ਕੋਲ ਚਲੀ ਗਈ ਦ ਨਰੇਟਰ ਕਾਲਡ ਹਰ ਬੈਕ ਜਿਹੜਾ ਨਰੇਟਰ ਹੈ ਮਿਨੀ ਦਾ ਪਿਤਾ ਉਹ ਮਿਨੀ ਨੂੰ ਵਾਪਸ ਬੁਲਾਉਂਦਾ ਹੈ ਵੈਨ ਸ਼ੀ ਕੇਮ ਬੈਕ ਜਦੋਂ ਉਹ ਵਾਪਸ ਆ ਜਾਂਦੀ ਹੈ ਮਿਨੀ ਆਪਣੇ ਪਿਤਾ ਦੇ ਕਹਿਣ ਤੇ ਦ ਕਾਬਲੀ ਵਾਲਾ ਆਫਰਡ ਹਰ ਸਮ ਨਰਸ ਐਂਡ ਡਰਾਈ ਫਰੂਟਸ ਜਿਹੜਾ ਕਾਬਲੀ ਵਾਲਾ ਹੈ ਉਸ ਨੂੰ ਕੁਝ ਫਰੂਟ ਡਰਾਈ ਫਰੂਟਸ ਵਗੈਰਾ ਦਿੰਦਾ ਬਟ ਮਿਨੀ ਵਾਸ ਸਟਿਲ ਸਕੈਅਰਡ ਪਰ ਜਿਹੜੀ ਮਿਨੀ ਹੈ ਉਹ ਹਜੇ ਵੀ ਡਰੀ ਹੋਈ ਹੈ ਉਹ ਉਸ ਤੋਂ ਡਰਾਈ ਫਰੂਟ ਵਗੈਰਾ ਨਹੀਂ ਲੈ ਰਹੀ ਬਟ ਮਿਨੀ ਸ਼ੁਰਡ ਨੋ ਗਰੀਡ ਐਂਡ ਸਟੇਡ ਵਿਦ ਹਰ ਫਾਦਰ ਪਰ ਜਿਹੜੀ ਮਿਨੀ ਹੈ ਉਹ ਕੋਈ ਲਾਲਚ ਨਹੀਂ ਦਿਖਾਉਂਦੀ ਮਤਲਬ ਡਰਾਈ ਫਰੂਟਸ ਦਾ ਉਹ ਕੋਈ ਲਾਲਚ ਨਹੀਂ ਕਰਦੀ ਕਿ ਉਸ ਨੂੰ ਡਰਾਈ ਫਰੂਟ ਦੇ ਰਿਹਾ ਉਹ ਉਹ ਆਪਣੇ ਪਿਤਾ ਕੋਲ ਹੀ ਖੜੀ ਰਹਿੰਦੀ ਹੈ ਦਿਸ ਵਾਸ देयर ਫਰਸਟ ਮੀਟਿੰਗ ਇਹ ਉਹਨਾਂ ਦੀ ਪਹਿਲੀ ਮੁਲਾਕਾਤ ਸੀ ਰਹਿਮਾਨ ਲਵਡ ਮਿਨੀ ਵੈਰੀ ਮੱਚ ਜਿਹੜਾ ਰਹਿਮਾਨ ਹੈ ਉਹ ਮਿਨੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਬਿਕੋਜ਼ ਹਿਸ ਓਨ ਡਾਟਰ ਇਨ ਕਾਬਲ ਵਾਸ ਦਾ ਸੇਮ ਏਜ ਐਸ ਮਿਨੀ ਕਿਉਂਕਿ ਕਾਬਲ ਦੇ ਕਾਬਲ ਦੇ ਵਿੱਚ ਉਸ ਦੀ ਆਪਣੀ ਵੀ ਇੱਕ ਬੇਟੀ ਸੀ ਜਿਹੜੀ ਕਿ ਮਿਨੀ ਦੀ ਏਜ ਦੀ ਹੀ ਸੀ ਮਤਲਬ ਮਿਨੀ ਦੀ ਉਮਰ ਦੀ ਹੀ ਸੀ ਸੋ ਦ ਕਾਬਲੀ ਵਾਲਾ ਯੂਜ਼ਡ ਟੂ ਕੇਮ ਟੂ ਮਿਨੀ ਐਵਰੀ ਡੇ ਐਂਡ ਆਫਰਡ ਹਰ ਡਰਾਈ ਫਰੂਟਸ ਸੋ ਇਸ ਲਈ ਕਾਬਲੀ ਵਾਲਾ ਜਿਹੜਾ ਹਰ ਰੋਜ਼ ਮਿਨੀ ਕੋਲ ਆਉਂਦਾ ਤੇ ਉਸ ਨੂੰ ਡਰਾਈ ਫਰੂਟਸ ਨੇ ਜਿਹੜੇ ਹੋ ਆਫਰ ਕਰਦਾ ਬਟ ਮਿਨੀ ਵਾਸ ਅਫਰੇਡ ਆਫ ਕਾਬਲੀ ਵਾਲਾ ਪਰ ਜਿਹੜੀ ਮਿਨੀ ਹੈ ਉਹ ਕਾਬਲੀ ਵਾਲਾ ਤੋਂ ਕੀ ਹੈ ਡਰਦੀ ਡਰਦੀ ਰਹਿਣੀ ਮਤਲਬ ਖੁੱਲ ਹੀ ਨਹੀਂ ਸੀ ਨਾ ਬਟ ਬਟ ਅ ਫਿਊ ਡੇਸ ਲੇਟਰ ਦ ਨਰੇਟਰ ਸੋ ਦੈਟ ਮਿਨੀ ਵਾਸ ਸਿਟਿੰਗ ਨੀਅਰ ਦ ਡੋਰ ਐਂਡ ਲਫਿੰਗ ਐਂਡ ਟਾਕਿੰਗ ਵਿਦ ਦ ਕਾਬਲੀ ਵਾਲਾ ਪਰ ਕੁਝਕ ਦਿਨਾ ਬਾਅਦ ਕੀ ਹੁੰਦਾ ਜਿਹੜਾ ਨਰੇਟਰ ਹੈ ਮਿਨੀ ਦਾ ਪਿਤਾ ਉਹ ਕੀ ਦੇਖਦਾ ਜਿਹੜੀ ਮਿਨੀ ਹੈ ਉਹ ਦਰਵਾਜੇ ਤੇ ਬੈਠੀ ਹੈ ਆਪਣੇ ਗੇਟ ਦੇ ਅੱਗੇ ਤੇ ਉੱਚੀ ਉੱਚੀ ਹੱਸ ਰਹੀ ਹੈ ਤੇ ਗੱਲਾਂ ਕਰ ਰਹੀ ਹੈ ਕਾਬਲੀ ਵਾਲਾ ਦੇ ਨਾਲ ਜਿਸ ਜਿਸ ਤੋਂ ਪਹਿਲਾਂ ਰੱਦੀ ਸੀ ਦਾ ਕਾਬਲੀ ਵਾਲਾ ਹੈਡ 기ਵਨ ਹਰ ਸਮ ਡਰਾਈ ਫਰੂਟਸ ਜਿਹੜਾ ਕਾਬਲੀ ਵਾਲਾ ਉਸਨੇ ਉਸ ਨੂੰ ਕੁਝ ਡਰਾਈ ਫਰੂਟਸ ਵਗੈਰਾ ਦਿੱਤੇ ਦੇ ਵਰ ਬੋਥ ਜੋਕਿੰਗ ਵਿਦ ਈਚ ਅਦਰ ਉਹ ਇੱਕ ਦੂਸਰੇ ਨਾਲ ਮਤਲਬ ਜੋਕਿੰਗ ਕਰ ਰਹੇ ਸੀਗੇ ਨਾਉ ਦੇ ਹੈਡ ਬਿਕਮ ਫਰੈਂਡਸ ਹੁਣ ਉਹ ਕੀ ਹੈ ਇੱਕ ਦੂਸਰੇ ਦੇ ਦੋਸਤ ਬਣ ਚੁੱਕੇ ਸੀਗੇ मिनीज फादर वाज वेरी हैप्पी टू सी दिस ਜਿਹੜਾ ਮਿਨੀ ਦਾ ਪਿਤਾ ਇਹ ਦੇਖ ਕੇ ਉਹ ਬਹੁਤ ਜ਼ਿਆਦਾ ਖੁਸ਼ ਸੀਗਾ ਦੇ ਮਿਟ एवरीडे दे ਮੈਟ एवरीडे एंड क्रੈਕਡ ਜੋਕਸ ਉਹ ਹਰ ਰੋਜ਼ ਇੱਕ ਦੂਸਰੇ ਨੂੰ ਮਿਲਦੇ ਅਤੇ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕਰਦੇ ਜੋਕਿੰਗ ਕਰਦੇ ਸੋ ਇਸ ਤਰ੍ਹਾਂ ਕੀ ਹੈ ਉਹ ਦੋਨੋਂ ਹੀ ਇੱਕ ਦੂਸਰੇ ਦੇ ਜਿਹੜੇ ਦੋਸਤ ਨੇ ਉਹ ਬਣ ਚੁੱਕੇ ਸੀ ਸੋ ਇਸ ਤਰ੍ਹਾਂ ਜਿਹੜਾ ਮਿਨੀ ਅਤੇ ਕਾਬਲੀ ਵਾਲਾ ਉਹਨਾਂ ਦੀ ਦੋਸਤੀ ਹੈ ਜਿਹੜੀ ਉਹ ਹੋਈ ਸੀ ਸੋ ਆਈ ਹੋਪ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਆਸਾਨ ਲੈਂਗੁਏਜ ਦੇ ਵਿੱਚ ਲਿਖਿਆ ਆਸਾਨ ਲੱਗਿਆ ਹੋਵੇਗਾ ਜੇਕਰ ਵਧੀਆ ਲੱਗਿਆ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਸੋ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮਚ